ਸਸ ਸ੍ਰੀ ਗੁਰੂ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ਕੰਧਾ ਮੇਰੇ ਨਾਲ ਨੇ ਜਤਿੰਦਰ ਖਹਿਰਾ ਤੇ ਸਵਾਗਤ ਕਰੀਏ ਆਪਣੇ ਦਰਸ਼ਕਾਂ ਦਾ ਕਰੰਟ ਨਿਊਜ਼ ਐਂਡ ਰਿਵਿਊਜ਼ ਦੇ ਵਿੱਚ ਵਾਕਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਜਿਹੜੇ ਤੁਹਾਨੂੰ ਦੇਖ ਰਹੇ ਨੇ ਔਰ ਪੰਜਾਬ ਦੀਆਂ ਗੱਲਾਂ ਜਿਹੜੇ ਚਾਹੁੰਦੇ ਨੇ ਕਿ ਅਸੀਂ ਕਰਦੇ ਰਹੀਏ ਸ਼ੁਰੂਆਤ ਸੰਜੀਵ ਜੀ ਪੰਜਾਬੀ ਕੀ ਸੰਕਟ ਤੋਂ ਕਰ ਲਈਏ ਹੈ ਨਾ ਪਹਿਲਾਂ ਵਾਅਦਿਆਂ ਦੀ ਗੱਲ ਕੀਤੀ ਆ ਵੀ ਵਾਅਦਿਆਂ ਤੋਂ ਮੁੱਕਰ ਗਈ ਵਾਅਦੇ ਤਾਂ ਐ ਹੋ ਗਏ ਵਾਦੇ ਜਿਵੇਂ ਦੇਖਿਆ ਮੈਨੂੰ ਇੱਕ ਇੱਕ ਹਰ 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 ਇਲੈਕਸ਼ਨ ਦੇ ਵਿੱਚ ਨਾ ਇੱਕ ਸ਼ਬਦ ਹੁੰਦਾ ਜਿਹੜਾ ਉੱਪਰ ਕੇ ਸਾਹਮਣੇ ਆ ਜਾਂਦਾ ਇਸ ਵੇਲੇ ਨਾ ਵਾਦੇ ਸ਼ਬਦ ਜਿਹੜਾ ਬਹੁਤ ਉੱਭੜ ਗਿਆ ਹੈ ਕੇਜਰੀਵਾਲ ਦੀਆਂ ਗਰੰਟੀਆਂ ਦੇ ਵਾਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਜੀ ਅਸੀਂ ਪੰਜਾਬ ਮਾਡਲ ਦੇ ਵਾਦੇ ਭਾਜਪਾ ਦਾ ਨਵਾਂ ਪੰਜਾਬ ਭਾਜਪਾ ਦੇ ਨਾਲ ਸਿਰਜਣ ਦਾ ਵਾਦਾ ਕੈਪਟਨ ਦਾ ਪੰਜਾਬ ਨੂੰ ਇੱਕ ਨਵਾਂ ਤਿੰਨ ਵੇਕਲਾ ਭਾਜਪਾ ਦੇ ਨਾਲ ਮਿਲ ਕੇ ਬਣਾਉਣ ਦਾ ਪੰਜਾਬ ਦਾ ਸੁਪਨਾ ਇਹ ਪੰਜਾਬ ਦੇ ਵਾਅਦੇ ਆ ਵਾਅਦਾ ਜਿਹੜਾ ਨਾ ਉਹ ਅੱਜ ਇਸ ਵਾਰ ਬਹੁਤ ਮੇਨ ਰਿਹਾ ਕਹਿੰਦੇ ਨੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵਾਅਦੇ ਅਕਸਰ ਟੁੱਟ ਜਾਂਦੇ ਨੇ ਵਾਅਦੇ ਅਕਸਰ ਟੁੱਟ ਜਾਂਦੇ ਨੇ ਪਰ ਸਿਆਸਤਦਾਨ ਤੇ ਵਾਅਦੇ ਕਰਦੇ ਤੋੜਨ ਦੇ ਲਈ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਵਾਅਦੇ ਜਿਹੜੇ ਨੇ ਇੱਕ ਤੁਸੀਂ ਸ਼ੁਰੂਆਤ ਚ ਕਿਆ ਸ਼ਬਦ ਹੂੰ ਇਹ ਸ਼ਬਦ ਬੜੀ ਇੰਪੋਰਟੈਂਟ ਚੀਜ਼ ਹੈ ਸਾਡੇ ਵਾਸਤੇ ਕਿਉਂਕਿ ਅਸੀਂ ਗੁਰੂ ਸਾਹਿਬਾਨ ਦੀ ਧਰਤੀ ਤੋਂ ਆ ਤਾਨੂੰ ਸ਼ਬਦ ਨਾਲ ਜੋੜਿਆ ਸ਼ਬਦ ਗੁਰੂ ਵੀ ਕਿਹਾ ਗਿਆ ਆ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਜ਼ੋਬੇ ਦਾ ਸਾਡੇ ਸ਼ਬਦ ਦਾ ਇਸਤੇਮਾਲ ਬੜਾ ਸੋਚ ਵਿਚਾਰ ਕੇ ਕਰਨਾ ਚਾਹੀਦਾ ਬੜੀ ਜ਼ਿੰਮੇਵਾਰੀ ਨਾਲ ਕਰਨਾ ਚਾਹੀਦਾ ਪਰ ਅਸੀਂ ਦੇਖਦੇ ਹਾਂ ਸਾਡੇ ਸਿਆਸਤਦਾਨ ਕਿੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਸ਼ਬਦ ਦਾ ਇਸਤੇਮਾਲ ਇੱਕ ਗਲਤ ਤਰੀਕੇ ਨਾਲ ਕਰਦੇ ਨੇ ਇੱਕ ਦੂਜੇ ਦੇ ਪ੍ਰਤੀ ਕਿੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਤਾਂ ਇਹ ਸ਼ਰਮ ਦੀ ਗੱਲ ਹੈ ਸਾਨੂੰ ਸ਼ਬਦ ਦੀ ਇੰਪੋਰਟੈਂਸ ਸਮਝਣੀ ਚਾਹੀਦੀ ਹੈ ਕਿ ਸ਼ਬਦ ਨੂੰ ਗੁਰੂ ਰੂਪ ਕਿਹਾ ਗਿਆ ਅਗਲੀ ਗੱਲ ਇਹ ਆ ਕਿ ਜਿਹੜਾ ਤੁਸੀਂ ਕਿਹਾ ਵਾਦੇ ਵਾਦੇ ਅਜੇ ਤਾਂ ਠੀਕ ਹੈ ਹਨੀਮੂਨ ਪੀਰੀਅਡ ਹੈ ਹੁਣ ਇੱਕ ਮਹੀਨੇ ਚ ਕੀ ਹੋ ਜਾਣਾ ਤੁਸੀਂ ਤੇ ਸ਼ੁਰੂ ਤੋਂ ਹੀ ਪੰਜਾਬ ਦੀ ਸੱਤਾ ਤੇ ਕਾਬਜ਼ ਰਹੇ ਉਹ ਕਦੀ ਅਕਾਲੀ ਚਲੋ ਆਪਾਂ ਉਹ ਗੱਲ ਨਹੀਂ ਕਰਨੀ ਹੈ ਨਾ ਆਪਾਂ ਨਬੂਤ ਸਿੰਘ ਸਿੱਧੂ ਹੁਣਾ ਕੋ ਨਹੀਂ ਵੀ ਆਉਂਦਾ ਹੀ ਵੱਡ ਲੈਣਾ ਨੈਗੇਟਿਵ ਆਪਾਂ ਜਾਣਾ ਹੀ ਆਪਾਂ ਦਾ ਸਿੱਧੀ ਜੀ ਦੋ ਦਾਈਨਾਂ ਦੀ ਭੂਮਿਕਾ ਕਿ ਸ਼ੁਰੂਆਤ ਤੋਂ ਤੁਸੀਂ ਬੈਠੇ ਹੋਏ ਉਹਨਾਂ ਥਰਡ ਵਿਕਲਪ ਆਇਆ ਤੀਸਰੀ ਆਲਟਰਨੇਟਿਵ ਨੂੰ ਪਬਲਿਕ ਨੇ ਚਾਂਸ ਦਿੱਤਾ ਆਪਣੇ ਆਪ ਤੇ ਘਰੋਂ ਆ ਨਹੀਂ ਗਏ ਪਬਲਿਕ ਨੇ ਚੁਣੇ ਨੇ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਨੇ 92 ਲੋਗ ਨੇ ਤਾਂ ਪਬਲਿਕ ਚੁਣ ਕੇ ਲੈ ਕੇ ਆਈ ਹੈ ਤੇ ਉਹਨਾਂ ਨੂੰ ਹੁਣ ਮੌਕਾ ਦਿੰਦੇ ਪਏ ਆ ਤੁਹਾਨੂੰ ਪਬਲਿਕ ਨੇ ਰਿਜੈਕਟ ਕੀਤਾ ਹੁੰਜ ਕੇ ਬਾਹਰ ਮਾਰਿਆ ਘਰ ਬਿਠਾ ਦਿੱਤਾ ਉਹਨੇ ਤੁਸੀਂ ਆਪੇ ਤਾਂ ਬਹਿ ਨਹੀਂ ਗਏ ਪਬਲਿਕ ਦਾ ਫੈਸਲਾ ਕਿਉਂਕਿ ਲੋਕਤੰਤਰ ਹੈ ਤਾਂ ਇਸ ਕਰਕੇ ਹੁਣ ਇਹਨਾਂ ਦਾ ਹਨੀਮੂਨ ਪੀਰੀਅਡ ਹੋ ਗਿਆ ਖੈਰ ਅਸੀਂ ਵੀ ਕਹਿੰਦੇ ਕਿ ਕਾਹਦਾ ਹਨੀਮੂਨ ਯਾਰ ਤੁਸੀਂ ਦੇਖੋ ਤਾਂ ਸਹੀ ਸਟੇਟ ਦੀ ਹਾਲਤ ਕੀ ਹੈ ਇਹ ਹਨੀਮੂਨ ਦੇ ਸ਼ਬਦ ਨੂੰ ਛੱਡ ਦਿਓ ਹੁਣ ਤਾਂ ਆਉਂਦੇ ਹੀ ਕੰਮ ਤੇ ਲੱਗ ਪੋ ਹੁਣ ਗੱਲ ਇਹ ਹੈ ਕਿ 2 ਮਹੀਨੇ ਬਾਅਦ ਸਾਡਾ ਮੇਨ ਬਜਟ ਆਉਣਾ ਤੇ ਉਹਦੇ ਵਾਸਤੇ ਕਿੱਦਾਂ ਦੀ ਤਿਆਰੀ ਹੈ ਮਾਨ ਸਾਹਿਬ ਦੀ ਪਾਲਿਸੀ ਹਜੇ ਕਿਸੇ ਦੀ ਨਹੀਂ ਹੈਗੀ ਨਾ ਖੇਤੀਬਾੜੀ ਦੀ ਨਾ ਇੰਡਸਟਰੀ ਦੀ ਨਾ ਸਿੱਖਿਆ ਖੇਤਰ ਦੀ ਨਾ ਸਿਹਤ ਸੁਵਿਧਾਵਾਂ ਦੀ ਪਾਲਿਸੀ ਤਾਂ ਹੈ ਹੀ ਨਹੀਂ ਹੂੰ ਤਾਂ ਪਾਲਿਸੀ ਬਣਾਉਣੀ ਪਹਿਲਾਂ ਜ਼ਰੂਰੀ ਹੈ ਆ ਲੈ ਕੇ ਸਾਰੇ ਇੰਟੈਲੀਜੈਂਟ ਲੋਕ ਜਿਹੜੇ ਬੈਠੇ ਨੇ ਪੰਜਾਬ ਦੇ ਅੰਦਰ ਵੱਖ-ਵੱਖ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵੱਖ-ਵੱਖ ਆਫੀਸਰਜ਼ ਜਿਹੜੇ ਬੈਠੇ ਨੇ ਇੰਟੈਲੀਜੈਂਸੀ ਆ ਪੰਜਾਬ ਦਾ ਉਹਨਾਂ ਨੂੰ ਲੈ ਕੇ ਤੁਸੀਂ ਵਿਉਂਤਬੰਦੀ ਕਰੋ ਕਿ ਰੰਗਲਾ ਪੰਜਾਬ ਬਣਾਉਣਾ ਕਿਵੇਂ ਆ ਤਾਂ ਹੀ ਕਿਸੇ ਪਾਸੇ ਤੁਰ ਸਕਾਂਗੇ ਬਾਕੀ ਸਿੱਧੂ ਸਾਹਿਬ ਦੀ ਗੱਲ ਕਰਨ ਲੱਗੇ ਤੁਸੀਂ ਮੈਂ ਸਿੱਧੂ ਸਾਹਿਬ ਦੀ ਤੇ ਗੱਲ ਕੁਛ ਨਹੀਂ ਕਰਨ ਡਿਆ ਸੀ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਸਿੱਧੂ ਸਾਹਿਬ ਨੂੰ ਆਪਾਂ ਆਉਂਦਾ ਨਹੀਂ ਵੜ ਲੈਣਾ ਬਿਲਕੁਲ ਸਹੀ ਵੀ ਕੋਈ ਗੱਲ ਕਰੋ ਮੈਂ ਕਹਿੰਨਾ ਮੈਂ ਆਪ ਕਹਿ ਹੀ ਲਮਤ ਉਹਨਾਂ ਨੇ ਕਿਹਾ ਨਹੀਂ ਨਹੀਂ ਆਪ ਨਹੀਂ ਚੰਗੀ ਮਤਲਬ ਇਹ ਆ ਕਿ ਗੱਲ ਸੁਣੇ ਬਗੈਰ ਗੱਲ ਕੀਤੇ ਬਗੈਰ ਜਿਵੇਂ ਹੁਣ ਨਾ ਦੋਹੇ ਪੂਸ਼ਾ ਚੱਕ ਕੇ ਜਿਵੇਂ ਉਹ ਕਹਿੰਦੇ ਹੁੰਦੇ ਉਹ ਗੁਰੂ ਹਨਾ ਐ ਕਰਕੇ ਉਹ ਦੋਹੇ ਹੱਥ ਚੱਕ ਕੇ ਆਏ ਵੀ ਆਪ ਦੇ ਪਗਰ ਪਏ ਹੋਇਆ ਲੈ ਵੀ ಲೆਟ ਇਟ ਬੀ ਜੋ ਮੈਂ ਉਸੇ ਕਹਿੰਦੇ ਆ ਕਿ ਹਨੀਮਨ ਪੀਰੀਅਡ ਆ ਭਾਈ ਤੁਸੀਂ ਇੰਨਾ ਚਿਰ ਮੇਨੂੰ ਲੱਗਾ ਇੱਕ ਵਾਹਿਦ ਇਨਸਾਨ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਐਮਪੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਔਰ ਉਸ ਤੋਂ ਬਾਅਦ ਕੈਬਨਿਟ ਮਨਿਸਟਰ ਵੀ ਰਹੇ ਨੇ ਸੋ ਇੰਨੀਆਂ ਪੋਸਟਾਂ ਉੱਤੇ ਰਹਿਣ ਦੇ ਬਾਵਜੂਦ ਵੀ ਜੇਕਰ ਤੁਸੀਂ ਕਹਿੰਦੇ ਹੋ ਕਿ ਸਾਡੇ ਹੱਥ ਪਾਵਰ ਨਹੀਂ ਸੀ ਮੇਰੇ ਕੋਲ ਕੁਝ ਹੈ ਨਹੀਂ ਸੀਗਾ ਤੇ ਫਿਰ ਜਦੋਂ ਤੁਸੀਂ ਮਤਲਬ ਇਵੈਂਚੁਅਲੀ ਤੁਹਾਡੇ ਲਈ ਸੀਐਮ ਤੇ ਜਾਂ ਪੀਐਮ ਵੀ ਸਭ ਕੁਝ ਹੈ ਇਹੀ ਕਹਿ ਸਕਦੇ ਫਿਰ ਕੈਬਨਿਟ ਮੰਤਰੀ ਤੁਸੀਂ ਬਣ ਗਏ ਉਹ ਤੋਂ ਫਿਰ ਉੱਪਰ ਲਾਉਦਾ ਸੀਐਮ ਰਹਿ ਗਿਆ ਤੁਸੀਂ ਸੀਐਮ ਬਣ ਕੇ ਸੇ ਕਰਨਾ ਸੀ ਫਿਰ ਫੇਰ ਕਹਿਣਾ ਸੀ ਮੇਰੇ ਕੋਲ ਫਿਰ ਪਾਵਰ ਨਹੀਂ ਹੈਗੀ ਪਾਵਰ ਕੇਂਦਰ ਤੋਂ ਆ ਹੁਣ ਇਹ ਇਹ ਮੈਨੂੰ ਚੀਜ਼ਾਂ ਚੰਗੀਆਂ ਨਹੀਂ ਲੱਗਦੀ ਕਿਉਂਕਿ ਦੇਖੋ ਜਦੋਂ ਅਸੀਂ ਇੱਕ ਵਾਕਏ ਅਸੀਂ ਕਰਾਂਗੇ ਹਨਾ ਬਦਖੋਈਆਂ ਇਹ ਬਦਖੋਈਆਂ ਹੁੰਦੀਆਂ ਹਨ ਜਦੋਂ ਤੁਸੀਂ ਇੱਕ ਤਰਕ ਦੇਣਾ ਹੈ ਨਾ ਉਹ ਤਰਕ ਨੂੰ ਨਹੀਂ ਸਮਾਂ ਵੀ ਦੇਣਾ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਸਾਨੂੰ ਉਮੀਦਾਂ ਬਹੁਤ ਨੇ ਕਿਉਂਕਿ ਪੰਜਾਬ ਨੇ ਉਮੀਦ ਚੁਣੀ ਹੈ ਪੰਜਾਬ ਨੇ ਨਾ ਮੈਂ ਕਹਿੰਨਾ ਆਪ ਚੁਣਿਆ ਨਾ ਕਾਂਗਰਸ ਚੁਣੀ ਹੈ ਨਾ ਪੰਜਾਬ ਨੇ ਭਾਜਪਾ ਚੁਣੀ ਹੈ ਪੰਜਾਬ ਨੇ ਉਮੀਦ ਚੁਣੀ ਹੈ ਪੰਜਾਬ ਨੂੰ ਲੱਗਦਾ ਕਿ ਉਹ ਵੀ ਖਾ ਗਏ ਚਲੋ ਇਹ ਦੇਖਦੇ ਹਾਂ ਤੀਸਰੀ ਆਰੀ ਹੁਣ ਉਹ ਉਮੀਦ ਦੇ ਚੱਕਰ 'ਚ ਸੀਗਾ ਵੀ ਚਲੋ ਹੁਣ ਲੱਗ ਗਿਆ ਤਾਂ ਤੀਰ ਨਾ ਲੱਗਿਆ ਤਾਂ ਤੁਕਾ ਕਿਉਂਕਿ ਪਹਿਲੇ ਵਾਲਿਆਂ ਨੇ ਵੀ ਤੇ ਇਹੀ ਕੁਛ ਕੀਤਾ ਆ ਹੁਣ ਮਾਨ ਸਾਹਿਬ ਨੇ ਜੋ ਫੈਸਲੇ ਕਰਨੇ ਆ ਉਹ ਹਲੇ ਨਹੀਂ ਦੇਖਣੇ ਜਾਣੇ ਕਿਉਂਕਿ ਇਟਲੀ ਸਸਿ ਮਹੀਨਾ ਜਾਂ ਡੇਢ ਮਹੀਨਾ ਗਿਣਦੇ ਆ ਕਿ ਬਹੁਤ ਕੁਛ ਹੁੰਦਾ ਲੋਕਤੰਤਰ ਦੇ ਵਿੱਚ ਨਾ ਸਮਝਣ ਨੂੰ ਲੱਗ ਜਾਂਦਾ ਹੁਣ ਫਿਲਹਾਲ ਵੱਡੀ ਗੱਲ ਇਹ ਸੀਗੀ ਮੈਂ ਵਾਅਦਿਆਂ ਦੀ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਸੰਜੀਵ ਜੀ ਕਿ 3 ਲੱਖ ਕਰੋੜ ਦਾ ਕਰਜ਼ਾ ਸਾਬ ਲੋ ਮੇਰੇ ਅਰਗੇ ਨੂੰ ਤਾਂ ਜੀਰਾਂ ਨਹੀਂ ਪਤਾ ਕਿੰਨੀਆਂ ਹੁੰਦੀਆਂ 3 ਲੱਖ ਕਰੋੜ ਦੇ ਵਿੱਚ ਹਨਾ ਇਹ ਇਹ ਸਰਕਾਰਾਂ ਇਹਨਾਂ ਦੇ ਤੇਲ ਨਾਲ ਦੇ ਖਰਚੇ ਇੰਨੇ ਹੁੰਦੇ ਆ ਤੁਸੀਂ ਕੋਈ ਮਨਿਸਟਰ ਲਾ ਲੋ ਦੀ ਗੱਡੀ ਦਾ ਤੇਲ ਇੰਨਾ ਲੱਗ ਜਾਂਦਾ ਪਤਾ ਨਹੀਂ ਕਿੱਥੇ ਜਾਂਦਾ ਆ ਉਹ ਕਿਹੜੀਆਂ ਜਮਾਂ ਤੇ ਜਾਂਦਾ ਆ ਬਿਲਕੁਲ ਸਹੀ ਕੰਮ ਤੇ ਕੋਈ ਨਹੀਂ ਆਉਂਦਾ ਪਤਾ ਨਹੀਂ ਫਿਰ ਕਿਹੜੇ ਇੰਨੇ ਤੇਲ ਲਾ ਕੇ ਕੀ ਫੂਕਣ ਦਾ ਕੀ ਫਾਇਦਾ ਗੱਲ ਇਹ ਆ ਕਿ ਇੱਕ ਤਾਂ ਇੰਨੀ ਸਿਕਿਉਰਿਟੀ ਅੱਗੇ ਪਿੱਛੇ 10-10 ਕਾਰਾਂ ਇਹ ਤਾਂ ਗੱਲ ਜੀ ਠੀਕ ਆ ਆਪਾਂ ਮੰਨ ਲੈਨੇ ਆ ਕਿ ਜਿੱਦਾਂ ਸਬਸਿਡੀ ਦਿੱਤੀ ਜਾਂਦੀ ਆ ਆਪਾਂ ਮੰਨ ਲੈਨੇ ਆ ਕਿ ਜਿੱਦਾਂ ਹੁਣ ਫ੍ਰੀ ਬਿਜਲੀ ਦਿੱਤੀ ਜਾਣੀ ਆ ਇਦਾਂ ਫ੍ਰੀ 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 ਕਾਫੀ ਕੁਝ ਦਿੱਤਾ ਜਾਂਦਾ ਉਹ ਫ੍ਰੀਜ ਵੀ ਕਾਫੀ ਪੈਸਾ ਖਰਚ ਹੋ ਗਿਆ ਮੰਨ ਲਿਆ 3 ਲੱਖ ਕਰੋੜ ਚੋਂ ਖਰਚ ਹੋ ਗਿਆ ਤੇ ਨਾਲ ਬਾਕੀ ਕਿੱਥੇ ਗਿਆ ਕਿਉਂਕਿ ਇੰਨਾ ਵਿਕਾਸ ਤੇ ਕਿਤੇ ਦਿਖਾਈ ਦੇਂਦਾ ਨਹੀਂ ਕਿ 3 ਲੱਖ ਕਰੋੜ ਲੱਗਾ ਹੋਵੇ ਤੇ ਕੁਝ ਵਿਖੇ ਨਾ ਕਿਉਂਕਿ ਜਿਹੜੀਆਂ ਸੜਕਾਂ ਵੀ ਨੇ ਉਹ ਵੀ ਪ੍ਰਾਈਵੇਟ ਪਲੇਅਰਸ ਨੇ ਬਣਾਈਆਂ ਨੇ ਅਸੀਂ ਟੋਲ ਟੈਕਸ ਦੇਨੇ ਆ ਨਾ ਜਦੋਂ ਆਉਂਦੇ ਜਾਂਦੇ ਕੰਪਨੀ ਉਹ ਤਾਂ ਤੁਸੀਂ ਆਪਣੇ ਪੱਲੋਂ ਬਣਾ ਲੈ ਸਕਿਆ ਆਪਣੇ ਪੱਲੋਂ ਨਹੀਂ ਬਣਾਈਆਂ ਪਰ ਸੀਐਮ ਸਾਹਿਬ ਇਹ ਕਹਿਣਾ ਜੋ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਕਿਹਾ ਕਿ ਇਹ ਪੈਸਾ ਤਾਂ ਪਹਾੜਾਂ ਦੇ ਪੈਰਾਂ 'ਚ ਪਿਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਪਿਆ ਹੁਣ ਇਹ ਗੱਲ ਜਿਹੜੀ ਹੈ ਨਾ ਉੱਥੋਂ ਕਹਿੰਦੇ ਨੇ ਵਸੂਲਣੇ ਨੇ ਕਿਉਂਕਿ ਇਹ ਇਹ ਲੋਕਾਂ ਦਾ ਪੈਸਾ ਇਸ ਕਰਕੇ ਜਿਹੜੀਆਂ ਨਿੱਜੀ ਜਾਇਦਾਦਾਂ ਬਣੀਆਂ ਨੇ ਹੁਣ ਸ਼ਿਵਾਲਿਕ ਦੇ ਆ ਪਹਾੜੀਆਂ ਦੇ ਪੈਰਾਂ 'ਚ ਤੇ ਚੰਡੀਗੜ੍ਹ ਹੈ ਨਵਾਂ ਚੰਡੀਗੜ੍ਹ ਆ ਕਹਿੰਦੇ ਨੇ ਕਿ ਉੱਥੇ ਜਿਹੜੇ ਪਲੇ ਪਲੇ ਖਜੂਰ ਦੇ ਪੇੜ ਲਗਾਏ ਗਏ ਦਰਖਤ ਲਗਾਏ ਗਏ ਉਹ ਵੀ ਹਜ਼ਾਰਾਂ ਦੀ ਕੀਮਤ ਦੇ ਨੇ ਮਤਲਬ ਤੁਸੀਂ ਜੇ ਉੱਥੇ ਜਾਓ ਤਾ ਕੋਈ ਕੀ ਸੁੱਖ ਵਿਲਾਸ ਕੁਝ ਇਦਾਂ ਦਾ ਵੀ ਬਣਿਆ ਹੋਇਆ ਹਾਂਜੀ ਹਾਂਜੀ ਸੁੱਖ ਵਿਲਾਸ ਸਿਸਮਾ ਫਾਰਮ ਹਾਊਸ ਬਣਿਆ ਪਤਾ ਨਹੀਂ ਕੀ ਕੁਝ ਬਣਿਆ ਹੋਇਆ ਆਪਾਂ ਤੇ ਮਤਲਬ ਸੁਪਨਾ ਵੀ ਨਹੀਂ ਕਦੀ ਦੇਖਿਆ ਉਹਨਾਂ ਚੀਜ਼ਾਂ ਦਾ ਖੈਰ ਜੋ ਵੀ ਆ ਜੋ ਐਕਸਪਰਟਸ ਕਹਿੰਦੇ ਨੇ ਕਿ ਇਹ ਜਿਹੜੇ ਬਹੁਤ ਸੁੱਖ ਸੁਵਿਧਾਵਾਂ ਬਣੇ ਨੇ ਨਹੀਂ ਕਹਿੰਦੇ ਤੁਸੀਂ ਇਸ ਟਾਈਮ ਤੁਸੀਂ ਐਕਸਪਰਟ ਆ ਤੁਸੀਂ ਬੱਜ ਜਾ ਕਿਉਂ ਫੜ ਕੇ ਫਿਰ ਮੈਂ ਵੀ ਖਬਰਾਂ ਦੇ ਵਿੱਚੋਂ ਜੋ ਪੜਦੇ ਆਂ ਜੋ ਸੁਣਦੇ ਆਂ ਜੋ ਵੱਡਿਆਂ ਕੋਲੋਂ ਸੁਣਦੇ ਆਂ ਪੜ੍ਹਦੇ ਆਂ ਆਪਾਂ ਉਹ ਡਿਸਕਸ ਕਰਦੇ ਪਏ ਆਂ ਖੈਰ ਇਸ ਵਕਤ ਆਪਾਂ ਬੋਲਦੇ ਪਏ ਆ ਗੱਲਾਂ ਸੋ ਇਹ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਜੇ ਕੁਝ ਗੱਲ ਕਹਿ ਰਹੇ ਨੇ ਤਾਂ ਗੱਲ ਵਾਕਈ ਕਿਤੇ ਹੋਣੀ ਆ ਨਾ ਐਵੇਂ ਤਾਂ ਕੋਈ ਗੱਲ ਨਹੀਂ ਬਣਦੀ ਅੱਛਾ ਮੈਨੂੰ ਮਾਨ ਸਾਹਿਬ ਦੀ ਇੱਕ ਗੱਲ ਬਹੁਤ ਸੰਜੀਵਜੀ ਜੰਗੇ ਲੱਗੀ ਉਹ ਕਹਿੰਦੇ ਕਿ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਪੰਜਾਬ ਦੇ ਉੱਤੇ ਚਲੋ ਕਹਿੰਦੇ ਹਉ ਕੋਈ ਨਾ ਚੜ ਗਿਆ ਹੋਊਗਾ ਨਾ ਕਹਿੰਦੇ ਵੀ ਪਰ ਚੜਿਆ ਕਿੱਦਾਂ ਜਿਵੇਂ ਤੁਸੀਂ ਹੁਣ ਕਹਿ ਨਹੀਂ ਆ ਵੀ ਚੜਿਆ ਕਿੱਦਾਂ ਚੜਿਆ ਕਿੱਦਾਂ ਹੁਣ ਸਕਰੂਟੀ ਕਹਿੰਦੇ ਜੇ ਅਸੀਂ ਕਰਾਉਣੀ ਆ ਵੀ ਪਤਾ ਤਾਂ ਲੱਗੇ 3 ਲੱਖ ਕਰੋੜ ਕਦੋਂ ਦਾ ਬਣ ਗਿਆ ਭਾਈ ਤਨਾ ਹੁਣ ਆਪ ਪਾਣੀਓ ਤੋਂ ਪੈਸੇ ਲੈ ਲੀਏ ਤੇ ਬਾਣੀਆਂ ਕੱਲਾ ਕੱਲਾ ਕਰਕੇ ਦਿਖਾ ਦਿੰਦਾ ਹੁੰਦਾ ਜਦੋਂ ਤੁਸੀਂ ਕਿਤੇ ਪੁਰਾਣੇ ਜ਼ਮਾਨੇ ਚ ਕਰਜ਼ਾ ਲਿਆ ਹੋਵੇ ਜੋ ਹੁਣ ਵੀ ਕਿਸੇ ਤੁਸੀਂ ਪਿੰਡ ਦੇ ਸ਼ਾਹੂ ਕਰ ਤੋਂ ਨਾ ਕਰਜ਼ਾ ਲੈ ਲਓ 20 ਰੁਪਏ ਵਿਆਜ ਨੂੰ ਦਿੰਦਾ ਉਹ ਉਹ ਹਰ ਤਰੀਕ ਲਿਖਦਾ ਇੰਨੇ ਨੂੰ ਇੰਨਾ ਵਿਆਜ ਚੜ ਗਿਆ ਇੰਨੇ ਨੂੰ ਇੰਨਾ ਵਿਆਜ ਚੜ ਗਿਆ ਹੁਣ ਇਹਨਾਂ ਨੇ ਵੀ ਪਤੰਦਰਾਂ ਨੇ ਕਿਤੇ ਤਾਂ ਲਿਖਿਆ ਹੀ ਹੋਣਾ ਐਡਾ ਵੱਡਾ ਸਿਸਟਮ ਆ ਇਹ ਨਾ ਹੋਵੇ ਕਿ ਐ ਅਖੀਰ ਤੇ ਕਹਿ ਦੇਣ ਕਿ ਸਾਡੇ ਕੋਲ ਤਾਂ ਕਾਗਜ਼ ਗਵਾਜ ਗਏ ਪਤਾ ਨਹੀਂ ਲੱਗਣਾ ਗੱਲ ਇਹ ਹੈ ਨਾ ਫਾਈਲਾਂ ਵੀ ਗਵਾਚ ਜਾਂਦੀਆਂ ਨੇ ਕਿਉਂਕਿ ਸਰਕਾਰੀ ਫਾਈਲਾਂ ਨੇ ਸਰਕਾਰੀ ਫਾਈਲਾਂ ਗਵਾਚ ਜਾਂਦੇ ਕੋਈ ਜ਼ਿੰਮੇਵਾਰ ਨਹੀਂ ਹੈਗਾ ਸ਼ਾਉ ਕਰਨੀ ਨਾ ਇਹ ਬਿਲਕੁਲ ਉਹ ਇੱਕ ਮਜ਼ਾਕ ਵਾਲੀ ਗੱਲ ਹੈ ਨਾ ਜਿਹੜੇ ਆ ਪੈਸੇ ਤੇ ਲੈ ਦੇ ਹਿਸਾਬ ਕਿਤਾਬ ਕਰਦੇ ਨੇ ਉਹਨੂੰ ਕਿਸੇ ਨੇ ਪੁੱਛ ਲਿਆ ਕਿ 100 ਤੇ 100 ਕਿੰਨੇ ਹੁੰਦੇ ਨੇ ਜੇ 100 ਚ 100 ਜਮਾ ਕਰੋ ਤੇ ਕਿੰਨੇ ਹੁੰਦੇ ਨੇ ਕਹਿੰਦਾ ਕਿੰਨੇ ਹੁੰਦੇ ਨੇ ਆ ਛੱਡੋ ਤੁਸੀਂ ਇਹ ਦੱਸੋ ਬਣਵਾਉਣੇ ਕਿੰਨੇ ਨੇ ਸੋ ਗੱਲ ਇਹ ਹੈ ਕਿ ਜਿਹੜਾ ਪੈਸੇ ਤੇ ਲੈ ਦਾ ਹਿਸਾਬ ਨਾ ਇਹਦਾ ਕੁਝ ਪਤਾ ਨਹੀਂ ਲੱਗਦਾ ਬਾਕੀ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਇਹਨੂੰ ਵਕਤ ਦਿਓ ਕਿਉਂਕਿ ਸਟੇਟ ਨੂੰ ਕੁਝ ਸ਼ਾਰਟ ਟਰਮ ਪਾਲਿਸੀ ਬਣਾਉਣੀ ਪੈਂਦੀ ਹੈ ਇਮੀਡੀਏਟ ਰਿਲੀਫ ਦੇਣ ਵਾਸਤੇ ਕੁਝ ਲੌਂਗ ਟਰਮ ਪਾਲਿਸੀਜ਼ ਹੁੰਦੀਆਂ ਜਿਹੜਾ ਵਕਤ ਦੇ ਨਾਲ ਦੇ ਰਿਜ਼ਲਟ ਆਉਂਦੇ ਵਕਤੀ ਜਿਹੜੀਆਂ ਚੀਜ਼ਾਂ ਹਾਂ ਦੋਨੋਂ ਤਰ੍ਹਾਂ ਦੀਆਂ ਪਾਲਿਸੀ ਤੁਹਾਨੂੰ ਲੈ ਕੇ ਤੁਰਨੀਆਂ ਪੈਂਦੀਆਂ ਤਾਂ ਹੀ ਰਿਜ਼ਲਟ ਆਉਣਗੇ ਨਾ ਕਿਉਂਕਿ ਇੱਕੋ ਰਸੇ ਦਾ ਸਭ ਨੂੰ ਬੰਨ੍ਹ ਨਹੀਂ ਸਕਦੇ ਹੁਣ ਵਾਕਈ ਗੱਲ ਇਹ ਹੈ ਕਿ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ ਉਹ ਤਾਂ ਕਦੀ ਸਰਕਾਰ ਦਾ ਪੈਸਾ ਖਾਣਗੇ ਨਹੀਂ ਕਦੀ ਲੋਕਾਂ ਦਾ ਪੈਸਾ ਖਾਣਗੇ ਨਹੀਂ ਹੁਣ ਜਿਹੜੇ ਸੁੱਤੇ ਜ਼ਮੀਰਾਂ ਵਾਲੇ ਨੇ ਜਾਂ ਦਿਨਾਂ ਦੀ ਜ਼ਮੀਰ ਹੀ ਨਹੀਂ ਹੈਗੇ ਉਹਨਾਂ ਨੇ ਜ਼ਰੂਰ ਖਾਦੇ ਹੋਣਗੇ ਕਿਉਂਕਿ ਇਹ ਗੱਲ ਪੱਕੀ ਹੈ ਜਿੱਦਾਂ ਸਾਰੇ ਮੰਨਦੇ ਨੇ ਕਿਉਂਕਿ ਬੁੱਧੂ ਤਾਂ ਕੋਈ ਵੀ ਨਹੀਂ ਹੈਗਾ ਸਾਰੇ ਜਿੱਦਾਂ ਮੰਨਦੇ ਨੇ ਕਿ 3 ਲੱਖ ਕਰੋੜ ਰੁਪਈਆ ਖਰਚ ਨਹੀਂ ਹੋਇਆ ਵਿਕਾਸ ਦੇ ਉੱਤੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਚੋਰ ਮੋਰੀਆਂ ਹੈਗੀਆਂ ਨੇ ਅਜਾ ਮੈਂ ਲੇਕਿਨ ਕਿ ਠੇਕਿਆਂ 'ਚ ਜੋ ਲੋਕ ਪੈਸੇ ਕਮਾਉਂਦੇ ਨੇ ਇਹ ਤਾਂ ਬਹੁਤ ਵੱਡਾ ਠੇਕਾ ਹੈ ਹੁਣ ਫਿਰ ਠੇਕੇ ਵੀ ਇੱਕ ਠੇਕਾ ਕੇ ਬਿਨਾ ਬੋਲੀ ਤੋਂ ਕਹਿੰਦੇ ਕਈਆਂ ਨੂੰ ਇੱਕ ਠੇਕਾ ਜਿਹੜਾ ਹੈ ਨਾ ਇੱਕ 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 ਔਨਰ ਨੂੰ ਕਈ ਕਈ ਠੇਕੇ ਦਿੱਤੇ ਇੱਕ ਕੰਪਨੀ ਨੂੰ ਕਈ ਕਈ ਠੇਕੇ ਦੇ ਦਿੱਤੇ ਜਿਹੜਾ ਕਿ ਲੋਕਤੰਤਰ ਦੇ ਵਿੱਚ ਹੋ ਨਹੀਂ ਸਕਦਾ ਹੁਣ ਤੁਹਾਡਾ ਸ਼ਬਦ ਹੋਹੀ ਬੁੱਧੂ ਇਹ ਵੀ ਹੁਣ ਸਮੇਂ ਦੇ ਨਾਲ ਦੇਖ ਲਓ ਬੁੱਧੂ ਬਦਲ ਗਿਆ ਨਹੀਂ ਤਾਂ ਪੀਰ ਬੁੱਧਨ ਸ਼ਾਹ ਹੋਣਾ ਤੋਂ ਬੁੱਧੂ ਆਉਂਦਾ ਕਿ ਉਹ ਬੰਦਾ ਜਿਹਨੂੰ ਬਹੁਤ ਹੀ ਬੁੱਧੀ ਹੋਵੇ ਸਮੇਂ ਤੇ ਅਸੀਂ ਸਮੇਂ ਤੇ ਅਸੀਂ ਬਦਲ ਦਿੱਤਾ ਬੁੱਧੂ ਬਣਾਤਾ ਉਹਨੂੰ ਤੁਸੀਂ ਕਦੀ ਨੋਟ ਕੀਤਾ ਕਿ ਹਨਾ ਹੁਣ ਅਸੀਂ ਕਰਪਟ ਹੋ ਗਏ ਹਾਂ ਸਾਰੇ ਬਿਲਕੁਲ ਹੋ ਗਏ ਅਸੀਂ ਅਸੀਂ ਹੁਣ ਮੰਨਣ ਵੀ ਲੱਪੇ ਅਸੀਂ ਕਰਪਟਾਂ ਤੁਹਾਨੂੰ ਮੈਂ ਕਾਰਨ ਦੱਸਦਾ ਮੈਂ ਜਦੋਂ ਨਵੀਂ ਨਵੀਂ ਸਰਕਾਰ ਆਉਣ ਵਾਲੀ ਸੀ ਹਲੇ ਵੋਟਾਂ ਹੀ ਪੈਂਦੀਆਂ ਸੀਗੀਆਂ ਤੇ ਇਦਾਂ ਹੀ ਪਿੰਡ ਦੇ ਬਚੁਰਗਿਆਂ ਤੋਂ ਗੱਲਾਂ ਪੁੱਛ ਲੈਣੀਆਂ ਜਾਂ ਕਿਸੇ ਤੋਂ ਪੁੱਛ ਲੈਣੀਆਂ ਕਿਉਂਕਿ ਸਾਨੂੰ ਆਦਤ ਹੁੰਦੀ ਹੈ ਬੀਗਾ ਜਰਨਲਿਸਟ ਨਾਲ ਇਹ ਬੜੀ ਆਦਤ ਹੁੰਦੀ ਕਿ ਤੁਸੀਂ ਪੁੱਛਦੇ ਹੋ ਮਾਹੌਲ ਕੀ ਆ ਚਾਹੇ ਸਭ ਕੋ ਪਤਾ ਹੋਵੇ ਨਾ ਤੁਸੀਂ ਤਾਂ ਹੀ ਪੁੱਛਦੇ ਨੇ ਮਾਹੌਲ ਕੀ ਆ ਉਹ ਮਾਹੌਲ ਤੇ ਚੱਕਰ 'ਚ ਮੈਂ ਵੀ ਪੁੱਛਦਾ ਸੀ ਮੈਂ ਜਿੰਨਿਆਂ ਤੋਂ ਪੁੱਛਿਆ ਪਤਾ ਕੀ ਗੱਲਾਂ ਮੜੀਆਂ ਉਹ ਸਾਡੇ ਪਿੰਡ ਵਾਲਾ ਸਖਣਾ ਤਾਇਆ ਉਹ ਵੀ ਇਹੀ ਕਹਿੰਦਾ ਸੀਗਾ ਕਹਿੰਦਾ ਦੇਖ ਕਾਕਾ ਇਹ ਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਇਹ ਰੁਪਈਏ ਦੇ ਵਿੱਚੋਂ ਰੁਪਈਆ ਹੀ ਖਰਚ ਗਈਆਂ ਇਹ ਚਲੋ ਨਵੀਂ ਆਊਗੀ ਰੁਪਈਏ 'ਚੋਂ 10 ਪੈਸੇ 20 ਪੈਸੇ ਲਾ ਕੇ ਤੇ ਬਾਕੀ ਖਰਚਲ ਵਿੱਚ ਤਾਂ ਚਲੋ ਸਾਨੂੰ ਕੋਈ ਗਿਲਾ ਨਹੀਂ ਹੁਣ ਲੋਕ ਸਮਝਣ ਲੱਪੇ ਵੀ ਚਲੋ ਅਸੀਂ ਮੈਂ ਵੀ ਸੁਣਦਾ ਸਾਡੀ ਸਾਡੀ ਸੋਚ ਕਿੰਨੀ ਕਰਪਟ ਹੋ ਗਈ ਆ ਇਹ ਇੱਕ ਦਾ ਨਹੀਂ ਇਹਨਾਂ ਦਾ ਬੋਤਾ ਸਾਡਾ ਵੀ ਇਹੀ ਹੋਣਾ ਵੀ ਚਲੋ ਬਲੀਜ਼ ਜੇ ਖਰਚਣੇ ਆ ਤਾਂ ਜਾਇਜ ਜਜ ਲਾ ਕੇ ਖਰਚ ਲੋ ਹੁਣ ਇਹਨਾਂ ਨੇ ਤਾਂ ਕੋਈ ਜਾਇਜ ਜਜ ਖਰਚੇ ਹੀ ਨਹੀਂ ਸਤਾ ਹੈ ਨਾ ਹੁਣ ਸਿਸਮਾ ਫਾਰਮ ਸੁੱਕ ਵਿਲਾਸ ਫਾਰਮ ਫਲਾਨੇ ਥਾਂ ਪ੍ਰਾਪਰਟੀਆਂ ਫਲਾਨੇ ਥਾਂ ਕੁਝ ਇਹ ਰੋਲਾ ਪੈ ਗਿਆ ਇਹ ਰੋਲਾ ਹੁਣ ਕਹਿੰਦੇ ਹੁੰਦੇ ਜਦੋਂ ਅੱਗ ਲੱਗੀ ਹੁੰਦੀ ਉਦੋਂ ਤੋਂ ਆ ਨਿਕਲਦਾ ਬਿਨਾਂ ਅੱਗ ਤੋਂ ਕਦੀ ਧੁਮਾ ਨਿਕਲਿਆ ਨਹੀਂ ਇਹ ਰੋਲੇ ਐਵੇਂ ਨਹੀਂ ਪਏ ਹੈਗੇ ਹੁਣ ਇਹਨਾਂ ਲੋਕਾਂ ਨੇ ਬਹੁਤ ਵੱਡਾ ਮੂੰਹ ਅਟਕੇ ਜਿਹੜਾ ਆ ਖਾ ਲਿਆ ਇਥੋਂ ਤੱਕ ਕਿ ਅ بڑے بڑے ਜਿਹੜੇ ਮਿੱਤਰ ਸਕੇ ਮਿੱਤਰ ਰਹਿ ਚੁੱਕੇ ਸੀਗੇ ਕੈਪਟਨ ਅਮਰਿੰਦਰ ਉਹਨਾਂ ਦੇ ਮੈਨੂੰ ਉਹਨਾਂ ਨਾਲ ਮੀਟਿੰਗ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਇੰਟਰਵਿਊ ਮੈਂ ਕੀਤੀ ਉਹਨਾਂ ਦੇ ਨਾਲ ਉਹ ਕਹਿੰਦੇ ਕਹਿੰਦੇ ਕਿ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਜਦੋਂ ਐਮਪੀ ਇਲੈਕਸ਼ਨ ਜੁੜੇ ਸੀਗੇ ਤੇ ਗੱਡੀਆਂ ਚ ਪਵਾਉਣ ਨੂੰ ਪੈਸੇ ਹੈ ਨਹੀਂ ਸੀਗੇ ਜੀ ਕਹਿੰਦਾ ਜਦੋਂ ਹੀ ਹੁਣ ਇਹ ਸੀਐਮ ਬਣ ਗਏ ਤੇ ਦੁਬਈ ਵੀ ਬਿਜ਼ਨਸ ਸੈੱਟ ਹੋ ਗਿਆ ਇੱਥੇ ਵੀ ਸਭ ਕੁਝ ਹੋ ਗਿਆ ਫਲਾਣੇ ਦਾ ਬੋਰੀਆਂ ਦੇ ਬੂਰੇ ਪੈਸੇ ਕਹਿੰਦਾ ਚਲੇ ਗਏ ਕਹਿੰਦਾ ਕਿੱਥੋਂ ਆ ਗਏ ਇੱਕ ਦਿਨਾਂ 'ਚ ਇਹ ਇਹ ਕਿਤੇ ਨਾ ਕਿਤੇ ਤਾਂ ਫਿਰ ਹੈ ਹੀ ਨਾ ਵੀ 3 ਲੱਖ ਕਰੋੜ ਕੱਲਾ ਇਹ ਪੰਜਾਬੀਆਂ ਦੇ ਨਾਮ ਨੂੰ ਇਹ 3 ਲੱਖ ਕਰੋੜ ਰੁਪਈਆ ਉਹਨਾਂ ਦੇ ਵੀ ਮਨੋ ਜਿਹੜੇ ਸੱਤਾ ਦੇ ਕਾਬਜ਼ ਸੀਗੇ ਹੂੰ 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 ਕਿਉਂਕਿ ਸੱਤਾ ਤੇ ਜਿਹੜੇ ਕਾਬਜ਼ ਸੀਗੇ ਉਹਨਾਂ ਦਾ ਇਸ ਕਰਕੇ ਸਕਰੂਟੀਨੀ ਕਰਾਉਣੀ ਮੇਰੇ ਨਾਲ ਤਾਂ ਚੰਗੀ ਗੱਲ ਹੈ ਸੰਦੀਪ ਜੀ ਚੰਗੀ ਗੱਲ ਹੈ ਦੇਖੋ ਨਾ ਸਿੱਧੀ ਸਾਦੀ ਗੱਲ ਇਹ ਹੈ ਕਿ ਪਬਲਿਕ ਦਾ ਪੈਸਾ ਪਬਲਿਕ ਕੋਲ ਆਉਣਾ ਚਾਹੀਦਾ ਜੇ ਜਿਸ ਵਾਸਤੇ ਖਰਚ ਹੋਣਾ ਚਾਹੀਦਾ ਉੱਥੇ ਖਰਚ ਹੋਣਾ ਚਾਹੀਦਾ ਕਿਉਂ ਉਹਦੇ ਵਿੱਚ ਆਪਾਂ ਮਤਲਬ ਅਮਾਨਤ ਵਿੱਚ ਖਿਆਨਤ ਕਰਨਾ ਹੀ ਹੁੰਦਾ ਹੈ ਕਿਉਂਕਿ ਜਿਹੜੀ ਪਬਲਿਕ ਦੀ ਅਮਾਨਤ ਹੈ ਉਹਦੇ ਵਿੱਚ ਖਿਆਨਤ ਕੀਤੀ ਤੁਸੀਂ ਆਪਣੇ ਘਰਾਂ 'ਚ ਲੈ ਗਏ ਬਿਲਕੁਲ ਗਲਤ ਹੈ ਠੀਕ ਹੈ ਨਾ ਜਿਹੜੀ ਪਬਲਿਕ ਦਾ ਸਾਰੀ ਪ੍ਰਾਪਰਟੀ ਆ ਪਬਲਿਕ ਨੂੰ ਮਿਲਣੀ ਚਾਹੀਦੀ ਹੈ ਤਾਂ ਹੀ ਪੰਜਾਬ ਨੂੰ ਅਸੀਂ ਬਣਾ ਸਕਦੇ ਆ ਤਾਂ ਆ ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ ਸੀ ਨਾ ਇਹਦੇ ਉੱਤੇ ਵੀ ਬੜੀ ਡਿਬੇਟ ਹੁੰਦੀ ਹੈ ਕਿ ਜਿੱਥੇ ਅੱਗ ਹੋਵੇ ਉੱਥੇ ਧੂਆ ਹੁੰਦਾ ਬਿਨਾ ਅੱਗ ਤੋਂ ਤਾਂ ਧੂਆ ਹੋ ਨਹੀਂ ਸਕਦਾ ਇੱਕ ਵਾਰੀ ਇੱਕ ਬੜੇ ਸਿਆਣੇ ਸੀ ਉਹਨਾਂ ਨੇ ਕੀ ਕੀਤਾ ਘੜਾ ਲੈ ਲਿਆ ਘੜੇ ਨੂੰ ਚੁੱਲੇ ਉੱਤੇ ਮੁੱਦਾ ਮਾਰਤਾ ਅੱਗ ਵੱਧ ਲਈ ਪਈ ਸੀ ਅੱਗ ਦਿੱਤੀ 부ਝਾ ਉਹ ਧੂਆ ਹੀ ਧੂਆ ਹੋ ਗਿਆ ਘੜੇ 'ਚ ਧੂਆ ਇਕੱਠਾ ਕਰ ਲਿਆ ਚਪਣੀ ਲਾਤੀ ਉਤੋਂ ਢੱਕਣ ਲਾਤਾ ਚੁੱਕ ਕੇ ਬਾਹਰ ਆ ਗਏ ਕਹਿੰਦੇ ਲਓ ਜੀ ਅੱਗ ਤਾਂ ਹੈ ਨਹੀਂ ਧੂਆ ਕੱਢ ਕੇ ਦਿਖਾਣਾ ਉਹ ਧੂਆ ਹੀ ਧੂਆ ਕਹਿੰਦੇ ਜ਼ਰੂਰੀ ਨਹੀਂ ਕਿ ਅੱਗ ਹੋਵੇ ਤਾਂ ਹੀ ਧੂਆਂੇ ਕੋਲੋਂ ਕਈ ਵਾਰ ਵੈਸੇ ਵੀ ਧੂਆਂੇ ਰੋਗ ਬਣਾ ਦਿੰਦੇ ਨੇ ਖੈਰ ਇਹ ਡਿਬੇਟ ਆ ਇਹ ਤਹਿਕੀਕਾ ਆ ਤਾ ਪਰ ਪਤਾ ਇਹਦੇ ਚ ਕੰਟੈਕਸ ਆ ਹੁਣ ਹਮ ਅੱਗ ਦਾ ਮਤਲਬ ਨਰੀਪੁਰੀ ਅੱਗ ਨਹੀਂ ਹੁੰਦੀ ਹਾਂਜੀ ਅੱਗ ਦਾ ਮਤਲਬ ਹੁੰਦਾ ਤਤਾ 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 ਹੋਊਗਾ ਤੇ ਧੂਆਂੇ ਨਾ ਧੂਆਂ ਧੂਆਂ ਤਤੇ ਤੋਂ ਬਿਨਾ ਕਦੇ ਆਉਣਾ ਹੀ ਨਹੀਂ ਹਾਂ ਇਹ ਗੱਲ ਕਲੀਅਰ ਹੋ ਗਈ ਦਰਸ਼ਕਾਂ ਨੂੰ ਕਿ ਜਿੱਥੇ ਤਤਾ 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 ਜ਼ਰੂਰ ਹੋਣਾ ਚਾਹੀਦਾ ਤੇ ਇਸ ਕਰਕੇ ਸਮਝ ਲੈਣਾ ਚਾਹੀਦਾ ਕਿਉਂਕਿ ਦੇਖੋ ਅਇਤ ਪਹਿਲਾਂ ਵੀ ਪੁਰਾਣੇ ਜ਼ਮਾਨੇ ਚ ਵੀ ਇਦਾਂ ਹੋਇਆ ਵੀ ਘਾ ਫੂਸ ਕੇ ਤੇ ਉਹਦੀ ਧੂਆ ਕਰਕੇ ਤੇ ਬਣਾ ਲੈਣਾ ਕਹਣਾ ਅੱਗ ਥੋੜੀ ਆ ਬਿਲਕੁਲ ਸਹੀ ਹੁਣ ਤੱਤਾ ਤਾਂ ਹੈਗਾ ਹੀ ਆ ਜੀ ਤਾਂ ਹੀ ਧੂਆ ਉਹ ਉਹਨੇ ਤੇ ਨਹੀਂ ਚੱਲੂਗਾ ਜਿਹਨਾਂ ਦੇ ਨੂੰ ਤੱਤਾ ਹ ਹ ਜਦੋਂ ਧੂਆ ਠੰਡਾ ਪੈ ਗਿਆ ਨਾ ਉਦੋਂ ਧੂਆ ਧੂਆ ਨਹੀਂ ਲੈਣਾ ਇਸੋ ਅੱਗ ਤੇ ਧੂਆ ਦਾ ਬਹੁਤ ਵੱਡਾ ਰਿਸ਼ਤਾ ਆ ਵਿੱਚੋਂ ਨਿਕਲਦੇ ਆ ਤੱਤਾ ਹੁਣੇ ਤੱਤਾ ਤੱਤਾ ਮਸਲਾ ਕਿਹੜਾ ਹੋਰ ਹੈਗਾ ਜਿਹੜੇ ਉੱਤੇ ਆਪਾਂ ਗੱਲਬਾਤ ਕਰਨੀ ਆ ਨਵਜੋਤ ਸਿੰਘ ਸਿੱਧੂ ਬੜੇ ਤੱਤੇ ਹੋਏ ਫਿਰਦੇ ਨੇ ਹਾਂ ਤੱਤੇ ਹੋਏ ਮੇਰੇ ਨਾਲ ਕੋਈ ਵੀ ਗੱਲ ਕਹਿ ਲੈ ਉਹ ਨਾ ਨਵਜੋ ਆਪਣਾ 라ਗ ਜਿਹੜਾ ਨਾ ਉਹ ਛੱਡਦਾ ਹੀ ਨਹੀਂ ਗਾ ਉਹ ਬੜੇ ਸ਼ੇਅਰ ਬਹੁਤ ਮਾਰਦੇ ਨੇ ਇੱਕਦਮ ਮੁਹਾਵਰੇ ਮਾਰ-ਮਾਰ ਕੇ ਨਾ ਸਾਹਮਣੇ ਵਾਲੇ ਦਾ ਮਤਲਬ ਨਹੀਂ ਮੈਂ ਸ਼ੁਰੂ ਤੋਂ ਹੀ ਕਹਿੰਦਾ ਵੀ ਨਵਜੋਤ ਸਿੰਘ ਸਿੱਧੂ ਬੜੇ ਚੰਗੇ ਸਪੀਕਰ ਨੇ ਪਰ ਚੰਗੇ ਸਪੀਕਰ ਹੀ ਨਹੀਂ ਉਹ ਕਹਿੰਦੇ ਨੇ ਗੱਲਾਂ ਦਾ ਕੜਾਹ ਬਣਾਉਣਾ ਤਾਂ ਫੇਰ ਮਿੱਠਾ ਥੋੜਾ ਕਿਉਂ ਪਾਉਣਾ ਰੱਜ ਕੇ ਮਿੱਠਾ ਪਾਉਂਦੇ ਰੱਜ ਕੇ ਸਟੇਜ ਠੋਕਦੇ ਆ ਤੁਸੀਂ ਦੇਖਣੀਆਂ ਸੀ ਉਹਨੀਆਂ ਸਪੀਚਾਂ ਇੱਕ ਗੱਲ ਉਹ ਆਮ ਕਹਿੰਦੇ ਸੀ ਸਪੀਚ ਦੇ ਵਿੱਚ ਜਦੋਂ ਅੱਜ ਕੱਲ ਉਹ ਕੈਂਪੇਨ ਦੇ ਵਿੱਚ ਸਪੀਚ ਹੁੰਦੀ ਸੀਗੀ ਕਿ ਗੁਰੂ ਸਾਹਿਬ ਕਹਿੰਦੇ ਮਰਦ ਕਿਹੜਾ ਚੰਗਾ ਤੇ ਔਰਤ ਕਿਹੜੀ ਚੰਗੀ ਉਹ ਫਿਰ ਇਹ ਇਹ ਜਿਹੜੀ ਲਾਈਨ ਸੀ ਨਾ ਇਸ ਪੂਰੀ ਸਪੇਸ ਦੇ ਵਿੱਚ ਇਹ ਪੂਰੀ ਮਤਲਬ ਉਹਨਾਂ ਦੇ ਪੂਰੇ ਕੈਂਪਨ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਕੈਂਪੇਨ ਕਰ ਰਹੇ ਆ ਚਾਹੇ ਉਹ ਮਾਲਵਾ ਚ ਕਿਤੇ ਕੈਂਪੇਨ ਕਰ ਰਹੇ ਆ ਚਾਹੇ ਦੁਆਬੇ ਚ ਕੈਂਪੇਨ ਕਰਨੇ ਆਏ ਆ ਇਹ ਗਿੱਸਾ ਉਹਨਾਂ ਨੇ ਹਰ ਇੱਕ ਸਟੇਜ ਤੋਂ ਸੁਣਾਇਆ ਅੱਛਾ ਜੀ ਫਿਰ ਮੈਂ ਸੋਚਦਾ ਸੀ ਵੀ ਕਿਉਂ ਇਹ ਕਿਉਂ ਹੋ ਰਿਹਾ ਹੈ ਸ਼ਬਦਾਂ ਦੇ ਜਾਲ ਬੁਨਣ ਵਾਲੇ ਤੋਂ ਸ਼ਬਦ ਕਿਵੇਂ ਮੁੱਕ ਗਏ ਸਟੋਰੀ ਸੇਮ ਹਰੇਕ ਥਾਂ ਤੇ ਕਿੱਦਾਂ ਚੱਲਦੀ ਹੈ ਹਾਂਜੀ ਪਰ ਫਿਰ ਲੋਕਾਂ ਨੇ ਸੁਣਾਤਾ ਬੰਦਾ ਕਿਹੜਾ ਚੰਗਾ ਤੇ ਔਰਤ ਕਿਹੜੀ ਚੰਗੀ ਵਾਹ ਵਾਹ ਰਾਤਾਂ ਨਾ ਕਿਉਂਕਿ ਦੇਖੋ ਇਨਸਾਨ ਆਪਾਂ ਕਮਨੇ ਕਹਿੰਦੇ ਚੰਗਾ ਮਾੜਾ ਕੋਈ ਨਹੀਂ ਹਾਲਾਤ ਆ ਜਿਹੜੇ ਚੰਗੇ ਮਾੜੇ ਹੁੰਦੇ ਨੇ ਔਰ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰੀ ਐਦਾਂ ਘਿਰ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਕਦੋਂ ਪਲੀਤ ਹੋ ਗਏ ਤੇ ਕਦੋਂ ਅਸੀਂ ਉੱਚੇ ਉੱਠੇ ਗਏ ਹਾਂ ਸਹੀ ਗੱਲ ਹੈ ਸੋ ਹਾਲਾਤਾਂ ਤੋਂ ਬਚਣਾ ਚਾਹੀਦਾ ਹੈ ਹੈਨਾ ਹਾਲਾਤਾਂ ਤੋਂ ਬਚਣ ਦੇ ਲਈ ਅਸੀਂ ਵੈਦ ਜਿਸੀ ਬਾਣੀ ਦੇ ਵੱਲ ਵੀ ਚੱਲੀਏ ਤਾਂ ਕਹਿੰਦੇ ਆ ਕਿ ਹੁਕਮੇ ਅੰਦਰ ਸਭ ਕੋਏ ਬਾਹਰ ਹੁਕਮ ਨਾ ਕੋਏ ਨਾ ਨਾ ਹੁਕਮੇ ਜੇ ਬੂਜੇ ਤਾਂ ਹੋਮੇ ਰਹੇ ਨਾ ਕੋਈ ਹੋਮੇ ਰਹੇ ਨਾ ਕੋਈ ਉਹਦਾ ਮਤਲਬ ਇਹੀ ਬਾਬਾ ਜੀ ਕਹਿੰਦੇ ਨੇ ਕਿ ਜਿਹਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਵੇ ਜਦੋਂ ਸਮਝ ਜਾਂਦਾ ਇਸ ਗੱਲ ਨੂੰ ਕਿ ਸਭ ਕੁਝ ਉਹਦੇ ਹੁਕਮ ਦੇ ਵਿੱਚ ਆ ਤਾਂ ਉਹਦੇ ਵਿੱਚ ਹੋਮੇ ਨਿਕਲ ਜਾਂਦੀ ਹੈ ਉਹਦੇ ਵਿੱਚੋਂ ਮੈਂ ਨਿਕਲ ਜਾਂਦੀ ਜੀ ਇਸ ਵਾਰ ਇਹ ਲੱਗਿਆ ਕਿ ਕਿਤੇ ਨਾ ਕਿਤੇ ਓਵਰ ਕੌਨਫੀਡੈਂਸ ਆ ਸਿੱਧੂ ਸਾਹਿਬ ਸਿੱਧੂ ਸਾਹਿਬ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਔਰ ਉਸ ওভার ਕੌਨਫੀਡੈਂਸ ਦੇ ਵਿੱਚ ਬੜੇ سارے ਪੱਤਰਕਾਰਾਂ ਨੇ ਉਹਨਾਂ ਨੂੰ ਇਹ ਸਵਾਲ ਪੁੱਛੇ ਵੀ ਤੁਸੀਂ ਬੋਲਦੇ ਨਹੀਂ ਜੱਜਨਾ ਉਹ ਕਹਿੰਦੇ ਜੀ ਮੈਂ ਤਾਂ ਜੱਟ ਬੂਟ ਵਾਲੀ ਬੋਲਦਾ ਇਹ ਕੋਈ ਜਵਾਬ ਨਹੀਂ ਹੋਇਆ ਤੁਹਾਡਾ ਜੱਟ ਬੂਟ ਇਦਾਂ ਬੋਲਦੇ ਹੁੰਦੇ ਉਹ ਜਵਾਬ ਜਵਾਬ ਨਹੀਂ ਹੋਇਆ ਫਿਰ ਉਹ ਕਹਿੰਦੇ ਜੀ ਦਿਲ 'ਚ ਸੱਚ ਸੱਚਾ ਤੇ ਦਾ ਮਤਲਬ ਤੁਸੀਂ ਜੋ ਮਰਜ਼ੀ ਬੋਲੀ ਜਾਓ ਇਦਾਂ ਨਹੀਂ ਹੁੰਦਾ ਤੁਹਾਡੇ ਦਿਲ 'ਚ ਸੱਚ ਮੈਨੂੰ ਕਿਵੇਂ ਪਤਾ ਲੱਗੂ ਗੱਲ ਮੈਂ ਕੋਈ ਅੰਦਰੋਂ ਸਕੈਨਿੰਗ ਕਰਦਾ ਫਿਰ ਨਹੀਂ ਨਾ ਤੁਹਾਡੀ ਜ਼ੁਬਾਨ ਤੇ ਜੋ ਆ ਉਹ ਆਊਗਾ ਹੁਣ ਜੇ ਦਿਲ 'ਚ ਸੱਚ ਹੈ ਤਾਂ ਇਹਦਾ ਮਤਲਬ ਤੁਸੀਂ ਬਦਕਲਾਮੀ ਕਰੋਗੇ ਬਾਦ ਜ਼ੁਬਾਨੀ ਕਰੋਗੇ ਤੁਸੀਂ ਦੇਖੋ ਤੁਸੀਂ ਕਹਿੰਦੇ ਮੇਰੇ ਦਿਲ 'ਚ ਸੱਚ ਹੈ ਗੁਰੂ ਸਾਹਿਬਾਨ ਨੇ ਕੀ ਕਿਹਾ ਦਿਲ 'ਚ ਸੱਚ ਹੈ ਤਾਂ ਬਾਣੀ ਉਚਰਦੀ ਹੈ ਠੀਕ ਹੈ ਨਾ ਬਾਣੀ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਰਹਿੰਦੀਆਂ ਸਦੀਆਂ ਤੱਕ ਸਭ ਨੂੰ ਚਾਨਣ ਬਖਸ਼ਦਾ ਇਸ ਇਸ ਪਵਿੱਤਰ ਗ੍ਰੰਥ ਨੇ ਉਹ ਬਾਣੀ ਹੈ ਦਿਲ 'ਚ ਸੱਚ ਸਾਰੇ ਭਗਤਾਂ ਦੀ ਬਾਣੀ ਹੈ ਹੁਣ ਤੁਹਾਡੇ ਦੇ ਦਿਲ 'ਚ ਸੱਚ ਹੈ ਮੈਂ ਉਹ ਉਮੀਦ ਤਾਂ ਨਹੀਂ ਕਰ ਸਕਦਾ ਕਿ ਤੁਸੀਂ ਪੈਗੰਬਰਾਂ ਵਾਲੀ ਗੱਲ ਕਰੋਗੇ ਮੈਂ ਉਹ ਉਮੀਦ ਤਾਂ ਨਹੀਂ ਕਰ ਸਕਦਾ ਪਰ ਤੁਸੀਂ ਕਮ ਸੇ ਕਮ ਸਲੀਕੇ ਵਾਲੀ ਪਾਛਾ ਦਾ ਬੋਲੋਗੇ ਇਹ ਥੋੜਾ ਕਿ ਦਿਲ ਚ ਸੱਚਾ ਦਾ ਜੋ ਅਵਾਤਬਾ ਬੋਲੀ ਜਾਓ ਬੋਲੀ ਜਾਓ ਇੰਨਾ ਥੋੜਾ ਚੰਦੋ ਤੁਹਾਨੂੰ ਤਾਂ ਇਹ ਇਜਾਜ਼ਤ ਸਾਡਾ ਸੰਵਿਧਾਨ ਵੀ ਨਹੀਂ ਦਿੰਦਾ ਇਹ ਤੁਹਾਡੇ ਜਿਹੜਾ ਨਾਲ ਨਾਗਰਿਕ ਦੂਜਾ ਖੜਾ ਹੈ ਭਾਰਤ ਦਾ ਵਸਨੀਕ ਖੜਾ ਪੰਜਾਬ ਦਾ ਵਸਨੀਕ ਖੜਾ ਹੈ ਤੁਸੀਂ ਉਹਨਾਂ ਨਾਲ ਬਦ ਕਲਾਮੀ ਕਰੋ ਉਹਦੀ ਬੇਇੱਜ਼ਤੀ ਕਰੋ ਸੰਵਿਧਾਨ ਵੀ ਇਹਦੀ ਇਜਾਜ਼ਤ ਨਹੀਂ ਦਿੰਦਾ ਜੋ ਨੈਚੁਰਲ ਜਸਟਿਸ ਹੈ ਉਹ ਵੀ ਇਹਦੀ ਇਜਾਜ਼ਤ ਨਹੀਂ ਦਿੰਦਾ ਬਾਣੀ ਵੀ ਇਹਦੀ ਇਜਾਜ਼ਤ ਨਹੀਂ ਦਿੰਦੀ ਓਏ ਹੁਣ ਫਿਰ ਲੋਕ ਉਹੀ ਗੱਲਾਂ ਦਾ ਕੀ ਕਹਿੰਦੇ ਚਲ ਸੋ ਚਲ ਆਈ ਆ ਵੀ ਭੰਡਾ ਪਟੋਰੀਆ ਕਿੰਨਾ ਕਪਾਰ ਇੱਕ ਮੁਠੀ ਚੱਕ ਲਾ ਦੂ ਜੀ ਤਿਆਰ ਅੱਜ ਕੱਲ ਲੋਕ ਸਿਆਣੇ ਨੇ ਮਤਲਬ ਕੀ ਸਿੰਧ ਕੀ ਕਰਨਾ ਚਾਹੁੰਦੇ ਹੋ ਸਿੱਧੂ ਸਾਹਿਬ ਕੀ ਸਿੱਧ ਕਰਨਾ ਚਾਹੁੰਦੇ ਨੇ ਚਲੋ ਆਇ ਅਕਸਰ ਸੰਜੀਵ ਜੀ ਨਾਲ ਤੁਹਾਨੂੰ ਦੱਸ ਦਵਾ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਸਿੱਧੂ ਹਣਾ ਦੇ ਗੁਣ ਗਾਉਂਦੇ ਨੇ ਇਹਨਾਂ ਨੂੰ ਬੜੇ ਚੰਗੇ ਲੱਗਦੇ ਆਫ ਦਾ ਕੈਮਰਾ ਇਹਨਾਂ ਨੂੰ ਬੜੇ ਵਧੀਆ ਲੱਗਦੇ ਨੇ ਪਰ ਅੱਜ ਦੇਖ ਲੋ ਹਨ ਇਹ ਕਿਉਂ ਇਹ ਕਿਉਂ ਇਸ ਕਰਕੇ ਕਿ ਜੋ ਨਹੀਂ ਹੋਣਾ ਚਾਹੀਦਾ ਤੁਸੀਂ ਇੱਥੋਂ ਸਬਕ ਸਿੱਖੋ ਕਿ ਤੁਸੀਂ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਰਹੇ ਠੀਕ ਆ ਪਰ ਹਾਰ ਕਿਉਂ ਗਏ ਪਬਲਿਕ ਨਹੀਂ ਹਰਾਇਆ ਨਾ ਵਾ ਕਮਾਲਿਆਂ ਤੇ ਕਿਨੇ ਬਿਠਾਇਆ ਰਾਈਮਿੰਗ ਵੀ ਹੋ ਗਈ ਅੱਜ ਮੈਂ ਕਿਹਾ ਬੜੇ ਵੱਡੇ ਵੱਡੇ ਉਹ ਤੇ ਆ ਤੇਰੇ ਪਰ ਹਾਰ ਕਿਉਂ ਗਏ ਬਿਲਕੁਲ ਰਾਈਮਿੰਗ ਹੋ ਗਈ ਅੱਗੇ ਚੱਲਦੇ ਆ ਈਡੀ ਇਦਾਂ ਲੱਗਦੀ ਹੈ ਕਿ ਕਿਤੇ ਨਾ ਕਿਤੇ ਚਰਨਜੀਤ ਚੰਨੀ ਹੋਣਾ ਦੇ 56 ਕਸਾਂ ਨੂੰ ਵਰਦੀਆਂ ਨਾ ਕਹਿੰਦੇ ਹਮ ਤੋਂ ਵਹੀਂ ਕੇ ਵੀ ਨਹੀਂ ਰਹੇ ਹਮ ਯਹੀਂ ਕੇ ਵੀ ਨਹੀਂ ਰਹਾਂਗੇ ਇਹ ਮੌਕਾ ਥਾ ਮੌਕਾ ਹੀ ਨਹੀਂ ਲੈ ਸਕੇ ਜ਼ਿੰਦਗੀ ਅਬ ਨਹੀਂ ਦੇਗੀ ਤੋ ਅਬ ਸੋਚਨੇ ਦਾ ਵੀ ਕੀ ਫਾਇਦਾ ਬਿਲਕੁਲ ਜਿੱਦਾਂ ਚੰਨੀ ਸਾਹਿਬ ਕਹਿੰਦੇ ਨਾ ਕੀ ਗੱਲ ਕਿਆ ਗੱਲ ਕਰਦੇ ਹੋ ਕਿਆ ਹੀ ਬਾਤਾਂ ਕਰਦੇ ਹੋ ਕਿਆ ਹੀ ਬਾਤਾਂ ਕਰਦੇ ਹੋ ਹੁਣ ਕੱਲ ਉਹ ਵੈਸੇ ਸੋਰਸਾ ਨੇ ਹਲੇ ਸੂਤਰ ਕਹਿੰਦੇ ਆ ਕਿ ਉਹਨਾਂ ਦੇ ਬੇਟੇ ਤੋਂ ਵੀ ਪੁੱਛਗਛ ਹੋਈ ਹੈ ਜਿਹੜੇ ਉਹਨਾਂ ਦਾ ਅਸਲੀ ਬੇਟਾ ਹੈ ਅ ਵੱਡੇ ਬੇਟੇ ਤੋਂ ਜਿਹੜੀ ਪੁੱਛਗਛ ਹੋਈ ਹੈ ਇਸ ਮਾਮਲੇ ਦੇ ਵਿੱਚ ਹਲੇ ਸਾਨੂੰ ਪਤਾ ਨਹੀਂ ਹੈ ਕਿ ਹੋਈ ਹੈ ਕਿ ਨਹੀਂ ਹੋਈ ਪਰ ਚੰਨੀ ਸਾਹਿਬ ਤੋਂ ਵੀ ਪੁੱਛਗਛ ਹੋਈ ਹੈ ਪੰਜ 6 ਘੰਟੇ ਪੁੱਛਗਛ ਚੱਲੀ ਆ ਔਰ ਕਿਤੇ ਨਾ ਕਿਤੇ ਲੱਗਦਾ ਕਿ ਸ਼ਿਕੰਜਾ ਕੱਸਿਆ ਜਾਣਾ ਹੈ ਇਹ ਹੁਣ ਸ਼ਿਕੰਜਾ ਕਿਵੇਂ ਕੱਸਿਆ ਜਾਊਗਾ ਕਿੱਦਾਂ ਹੋਊਗਾ ਇਹ ਦੋ ਦੋ ਸੰਜੀਵ ਜੀ ਦੇ ਵਿੱਚ ਜਿਹੜੇ ਇੱਕ ਸ਼ਕੰਦਾ ਦੋ ਚੀਜ਼ਾਂ ਤੇ ਗੱਸਿਆ ਜਾ ਸਕਦਾ ਇੱਕ ਤਾਂ ਕਹਿੰਦੇ ਜੀ ਤਬਾਦਲਿਆਂ ਨੂੰ ਲੈ ਕੇ ਮੋਟੀਆਂ ਰਕਮਾਂ ਵਸੂਲੀਆਂ ਗਈਆਂ ਉਹਨੂੰ ਲੈ ਕੇ ਪੁੱਛਗਿਛ ਹੋ ਰਹੀ ਆ ਜਿਹੜੇ ਟਰਾਂਸਫਰ ਹੋਏ ਆ ਦੂਸਰਾ ਤਾਂ ਸਾਨੂੰ ਪਤਾ ਹੈ ਕਿ ਭੁਪਿੰਦਰ ਹਣੀ ਵਾਲਾ ਕੇਸ ਜਿਹੜਾ ਮਾਈਨਿੰਗ ਵਾਲਾ ਕੇਸ ਹੈ ਉਹਨੂੰ ਲੈ ਕੇ ਗੱਲਬਾਤ ਹੋ ਰਹੀ ਆ ਹੁਣ ਜੇ ਵਾਕਈ ਇਦਾਂ ਹੋਊਗਾ ਤੇ ਫਿਰ ਗੱਲ ਤੇ ਉਹੀ ਹੈ ਨਾ ਕਿ ਆਮ ਤੋਂ ਖਾਸ ਹੋਣ ਲਈ ਸਭ ਕੁਝ ਕਰਨਾ ਪਿਆ ਜਾਂ ਫਿਰ ਇੱਕ ਖਾਸ ਲੋਕਾਂ ਦੀ ਰਾਜਨੀਤੀ ਦੇ ਵਿੱਚ ਆਮ ਬੰਦੇ ਨੂੰ ਜਗ੍ਹਾ ਬਣਾਉਣ ਦੇ ਲਈ ਇਹ ਸਭ ਕੁਝ ਕਰਨਾ ਪਿਆ ਚਲੋ ਫਿਲਹਾਲ ਇਹ ਸਮਾਂ ਦੱਸੇਗਾ ਕਿਉਂਕਿ ਹਲੇ ਤੱਕ ਤੇ ਤੇ ਕਮੈਂਟ ਨਹੀਂ ਕਰਨਾ ਪਰ ਇਹਦੇ ਵਿੱਚ ਇੱਕ ਵੱਡੀ ਜਿਹੜੀ ਪ੍ਰੋਗਰੈਸਿਵ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਉਹ ਹੈ ਕਿ ਪਹਿਲਾਂ 16 ਤਰੀਕ ਜਿਹੜਾ ਸੀਗਾ ਸਮਾਂ ਰੱਖਿਆ ਗਿਆ ਸੀਗਾ ਇਹਦੀ ਹੀアリング ਪੁਰਤੂਗਾਲ ਚ ਕਰਨੀ ਸੀਗੀ ਸ਼ਾਮਲ ਹੋਣਾ ਸੀਗਾ ਚੰਨੀ ਸਾਹਿਬ ਹੁਣਾਂ ਨੇ ਵੀ ਉਹ ਕਿਤੇ ਨਾ ਕਿਤੇ ਵੀ ਕਰ ਦਿੱਤੀ ਕਹਿੰਦੇ ਜੀ ਜਿਹੜੇ ਵਕੀਲ ਸੀਗੇ ਜਿਹੜੀ ਵੱਲੋਂ ਸਰਕਾਰੀ ਵਕੀਲ ਉਹਨਾਂ ਨੇ ਸਮਾਂ ਜਿਹੜਾ ਆ ਮੰਗਿਆ ਉਹਨਾਂ ਨੂੰ ਕੋਈ ਕੰਮ ਆ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਈਡੀ ਹੱਲੇ ਕਹਿੰਦੀ ਆ ਕਿ ਸ਼ਾਇਦ ਕਿਤੇ ਹੋਰ ਕੜੀਆਂ ਵੀ ਖੰਗਾਲੀਆਂ ਜਾਣ। ਇਹ ਸਮਾਂ ਉਸ ਲਈ ਵੀ ਕਿਤੇ ਨਾ ਕਿਤੇ ਲਿਆ ਜਾ ਸਕਦਾ ਜਿਵੇਂ ਹੁਣ ਉਹਨਾਂ ਦੇ ਬੇਟਾ ਸਾਹਿਬ ਤੋਂ ਵੀ ਕਹਿੰਦੇ ਜੀ ਪੁੱਛਗਿੱਛ ਕੀਤੀ ਹੋਈ ਆ। ਤੇ ਐਦਾਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਕੜੀ ਨਾ ਕੜੀ ਮਿਲਾਈ ਜਾ ਰਹੀ ਆ ਔਰ ਸਮਾਂ ਜਿਹੜਾ ਆ ਇੱਕ ਇੱਕ ਕਹਿ ਲਈਏ ਕਿ ਲੂਪ ਹੋਲ ਜਿਹੜਾ ਐ ਲੂਪ ਕ੍ਰੀਏਟ ਕੀਤਾ ਜਾ ਰਿਹਾ ਕਿ ਸਮਾਂ ਮਿਲ ਜਵੇ ਸਾਨੂੰ। ਹੋ ਸਕਦਾ ਕਿਉਂਕਿ ਹਰੇਕ ਏਜੰਸੀ ਦੀ ਆਪਣੀ ਇੱਕ ਸਟ੍ਰੈਟਜੀ ਆ ਉਹ ਉਸ ਦੇ ਤਹਿਤ ਕੰਮ ਕਰਦੀ ਹੈ ਕਈ ਵਾਰ ਉਹ ਲੱਗਦਾ ਸਮਾਂ ਲੈ ਰਹੀ ਆ ਪਰ ਕਈ ਵਾਰ ਉਹ ਸਮਾਂ ਨਹੀਂ ਲੈ ਰਹੀ ਹੁੰਦੀ ਉਹ ਕੁਝ ਹੋਰ ਗੇਮ ਹੁੰਦੀ ਹੈ ਮਤਲਬ ਇਹ ਆ ਮਕਸਦ ਇਹ ਆ ਕਿ ਸੱਚ ਬਾਹਰ ਆਵੇ ਡਾਟਸ ਮਿਲਾ ਰਹੇ ਨੇ ਸਾਰੇ ਜਿਦੋਂ ਡਾਟਸ ਮਿਲ ਜਾਣਗੇ ਕੇਸ ਸੋਲਵ ਹੋ ਜਾਣਾ ਗੱਲ ਸੁਣਨ ਵਾਲੀ ਇਹ ਹੈ ਗੱਲ ਸਮਝਣ ਵਾਲੀ ਇਹ ਹੈ ਕਿ ਜੋ ਵੀ ਉਹਨਾਂ ਦੇ ਭਤੀਜੇ ਕੋਲ ਪੈਸੇ ਆਏ ਉਹ ਕਿੱਥੋਂ ਆਏ ਉਹ ਕਿਦੇ ਕਿਦੀ ਸ਼ੈ ਅਸੀ ਉਹਨੂੰ ਕਿਉਂਕਿ ਉਹ ਬਿਨਾਂ ਸਪੋਰਟ ਤੋਂ ਤੇ ਕੋਈ ਬੰਦਾ ਗੇਮ ਨਹੀਂ ਖੇਡ ਸਕਦਾ ਹੂੰ ਜੇ ਚੰਨੀ ਸਾਹਿਬ ਨੂੰ ਬੁਲਾਇਆ ਗਿਆ ਕਿਉਂ ਬੁਲਾਇਆ ਗਿਆ ਅੰਦਰ ਕੀ ਗੱਲਬਾਤ ਹੋਈ ਉਹ ਤਾਂ ਸਾਨੂੰ ਨਹੀਂ ਪਤਾ ਨਾ ਉਹ ਤਾਂ ਇਹਦੀ ਦਾ ਅੰਦਰ ਇੰਟਰਨਲ ਮਾਮਲਾ ਹੈ ਉਹਨੂੰ ਕੋਲ ਹੈ ਜਦੋਂ ਕੋਰਟ 'ਚ ਜਾਏਗਾ ਮਾਮਲਾ ਉਦੋਂ ਸਾਹਮਣੇ ਆਉਣਗੀਆਂ ਗੱਲਾਂ ਫਿਲਹਾਲ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਸ ਕਰਕੇ ਉਹ ਆਊਟ ਨਹੀਂ ਹੋ ਸਕਦਾ ਪਰ ਉਹਨਾਂ ਨੂੰ ਬੁਲਾਇਆ ਤਾਂ ਗਿਆ ਨਾ ਸਭ ਦੀ ਨਜ਼ਰ ਵਿੱਚ ਇਹ ਗੱਲ ਹੈ ਇਹ ਤਾਂ ਚੱਲ ਰਿਹਾ ਹੁਣ ਇਸ ਨੂੰ ਮੈਂ ਇੱਕ ਅਲੱਗ ਨਜ਼ਰੀਏ ਤੋਂ ਦੇਖਦਾ ਮੇਰਾ ਨਜ਼ਰੀਆ ਇਹ ਰਹੇਗਾ ਕਿ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਜਿੱਥੇ ਇੱਕ ਸਾਬਕਾ ਸੀਐਮ ਨੂੰ ਬੁਲਾਇਆ ਜਾਂਦਾ ਔਰ ਇਹ ਸਭ ਚੱਲਦਾ ਪਿਆ ਇਸ ਤਰ੍ਹਾਂ ਦੇ ਸਿਸਟਮ ਨੂੰ ਭਗਵੰਤ ਮਾਨ ਕਿੱਦਾਂ ਹੈਂਡਲ ਕਰਨਗੇ ਟੀਮ ਤਾਂ ਇਹੀ ਆ ਇਹੀ ਲੋਕ ਨੇ ਜਿਹੜੇ ਬਦਲੀਆਂ ਵਾਸਤੇ ਪੈਸੇ ਦਿੰਦੇ ਨੇ ਕਿ ਮਲਾਈਦਾਰ ਅਹੁਦੇ ਚਾਹੀਦੇ ਨੇ ਉੱਥੇ ਜਾ ਕੇ ਅਸੀਂ ਬੈਠੀਏ ਤੇ ਉੱਥੇ ਜਾ ਕੇ ਅਸੀਂ ਕੰਮ ਕਰੀਏ ਤੇ ਦੂਜੀ ਗੱਲ ਇਹ ਆ ਜਿਵੇਂ ਕੈਪਟਨ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਯਾਰ ਇਹ ਅਫਸਰਾਂ ਦੀ ਤਬਦੀਲੀ ਵਾਸਤੇ ਤਬਾਦਲੀਆਂ ਵਾਸਤੇ ਮੇਰੇ ਕੋਲ ਨਾ ਆਇਆ ਕਰੋ ਇਹ ਅਫਸਰ ਸਭ ਦੇ ਸਾਂਝੇ ਹੁੰਦੇ ਨੇ ਸਰਕਾਰੀ ਅਫਸਰ ਹੁੰਦੇ ਨੇ ਇਹ ਸਭ ਦੇ ਸਾਂਝੇ ਨੇ ਇਹਨਾਂ ਕੋਲ ਕੰਮ ਲੈਣਾ ਸਿੱਖੋ ਕੰਮ ਕਿਵੇਂ ਲੈਣਾ ਇਹ ਥੋੜਾ ਕਿ ਇਹਨੂੰ ਉੱਥੇ ਬਦਲ ਦੋ ਇਹਨੂੰ ਉੱਥੇ ਬਦਲ ਦੋ ਕਿਉਂ ਕਿਉਂਕਿ ਇਹ ਤੁਹਾਡਾ ਨਿੱਜੀ ਕੰਮ ਨਹੀਂ ਕਰ ਰਿਹਾ ਤੁਹਾਡਾ ਪਰਸਨਲ ਕੰਮ ਨਹੀਂ ਕਰਦਾ ਫਿਰ ਇਸ ਕਰਕੇ ਤੁਸੀਂ ਬਦਲਵਾਉਣਾ ਚਾਹੁੰਦੇ ਹੋ ਖੋਟ ਕੋਈ ਨਹੀਂ ਕਿਉਂਕਿ ਉਸ ਨੂੰ ਕੰਮ ਕਰਨ ਦਿਓ ਯਾਰ ਉਹਨੂੰ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਰੈਡ ਟੈਪਿਜ਼ਮ ਵਾਕਈ ਬਹੁਤ پورے ਸਿਸਟਮ ਦਾ ਪੂਰੇ ਸਮਾਜ ਦਾ ਸਿਆਸੀਕਰਨ ਕਰਕੇ ਰੱਖ ਦਿੱਤਾ ਗਿਆ ਹੈ ਖੈਰਾ ਸਾਹਿਬ ਇਸ ਸਿਸਟਮ ਨੂੰ ਮੈਂ ਤਾਂ ਹੀ ਕਹਿੰਦਾ ਇਹਨੂੰ ਕਿਦਾਂ ਹੈਂਡਲ ਕਰਨਗੇ ਇਹ ਭਗਵਾਨ ਜੀ ਮਾਨ ਸਾਹਿਬ ਤੇ ਕਿੱਦਾਂ ਇਹ ਚੋ ਰਾਹ ਕੱਢਣਗੇ ਪੰਜਾਬ ਨੂੰ ਰੰਗਲਾ ਪੰਜਾਬ ਕਿਵੇਂ ਬਣਾਉਣਾ ਕਿਉਂਕਿ ਟੀਮ ਉਹੀ ਹੋਏ ਪਰ ਉਹ ਗੱਲ ਨਾ ਕਿ ਮੰਚਾ ਆ ਕਹਿੰਦੇ ਉਦੋਂ ਮੈਂ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਜੇਕਰ ਮੰਚਾ ਹੋਵੇ ਤਾਂ ਸਭ ਕੁਝ ਕੀਤਾ ਜਾਂਦਾ ਚਾਹੇ ਥੋੜਾ ਜਿਹਾ ਟਾਈਮ ਲੱਗੂਗਾ ਕਿਉਂ ਨਹੀਂ ਲੱਗੇਗਾ ਥੋੜਾ ਜਿਹਾ ਟਾਈਮ ਕਿ ਬਹੁਤ ਥੋੜੇ ਜਿਹੇ ਟਾਈਮ ਚ ਹੋ ਸਕਦਾ ਪਰ ਉਹਦਾ ਰਸਤਾ ਇੱਕੋ ਹੀ ਨਿਕਲਣਾ ਕਿ ਪੰਜਾਬ ਦੇ ਸਾਰੇ ਲੋਕ ਇਕੱਠੇ ਹੋ ਜਾਣ ਤਾਂ ਹੀ ਇਹ ਕੰਮ ਸੂਤਰ ਆ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਨਾਲ ਜੋੜ ਲੈਣ ਜਦੋਂ ਪਬਲਿਕ ਨਾਲ ਜੁੜ ਜਾਏਗੀ ਤੇ ਲੋਕਤੰਤਰ ਦੀ ਸਥਾਪਨਾ ਇਦਾਂ ਹੀ ਹੋਣੀ ਕਿ ਇਹ ਮੁੱਠੀ ਪਰ ਲੋਕਾਂ ਨੇ ਸਾਰਾ ਸਿਸਟਮ ਖਰਾਬ ਕੀਤਾ ਹੋਇਆ ਸਿਸਟਮ ਥੋੜਾ ਖਰਾਬ ਹੈ ਵਾਕਈ ਉਮੀਦ ਕਰਦੇ ਆ ਕਿ ਸਿਸਟਮ ਜਿਹੜਾ ਸੁਧਰ ਜਵੇ ਔਰ ਸੰਜੀਪ ਜੀ ਕਹਿਣ ਖਣੋ ਕਿ ਰੰਗਲਾ ਪੰਜਾਬ ਭਗਵੰਤਮਾਨ ਵਾਕਈ ਸਿਰਜ ਸਕਣ ਉਮੀਦ ਤੇ ਦੁਨੀਆ ਕਾਇਮ ਤੇ ਸਾਡਾ ਸ਼ੋਅ ਤੇ ਸਾਡਾ ਇਹ ਚੈਨਲ ਵੀ ਉਮੀਦ ਤੇ ਚੱਲਦਾ ਔਰ ਤੁਹਾਡੇ ਸੁਝਾਵਾ ਤੇ ਵੀ ਚੱਲ ਸਕਦਾ ਤੁਸੀਂ ਪਲੀਜ਼ ਸੁਝਾਅ ਕਰ ਸਕਦੇ ਹੋ ਸਾਨੂੰ ਸਾਡੇ ਕਮੈਂਟ ਬਾਕਸ ਚ ਜਾ ਕੇ ਕਮੈਂਟ ਕਰ ਸਕਦੇ ਹੋ ਐਦਾਂ ਦੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਮੈਨੂੰ ਦੇ ਵਾਗ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ